ਪਾਣੀ ਕਿੱਥੇ ਬੜਿਆ ਹੈਗਾ? ਪਾਣੀ ਗੁਲਮੋਹਰ ਜੀ ਦੀ ਐਕਸਟੈਂਸ਼ਨ ਦੇ ਵਿੱਚ ਬੜਿਆ ਹੋਇਆ ਜੀ ਔਰ ਇੱਥੇ ਰਹਿੰਦੇ ਆ ਜੀ ਅਸੀਂ ਤਾਂ। ਭਾਜੀ ਕੀ ਕੀ ਇੰਤਜ਼ਾਮ ਹੈਗੇ ਆ? ਕੁਝ ਕਰਿਆ ਪ੍ਰਸ਼ਾਸਨ ਆਇਆ ਇੱਥੇ? ਇੱਥੇ ਦੇ ਕੋਈ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਜੀ। ਕਿੰਨੇ ਕਿੰਨੇ ਆਪ ਹੀ ਕਰ ਰਹੇ ਆ, ਸੋਸਾਇਟੀ ਵਾਲੇ ਜੋ ਵੀ ਕੁਝ ਕਰ ਰਹੇ ਆ। ਇਹ ਜਿਹੜੀ ਗੱਡੀਆਂ ਡੁੱਬੀਆਂ ਹੋਈਆਂ ਇੱਥੇ ਹੀ ਹੈਗੇ ਆ? ਇੱਥੇ ਹੀ ਹੈਗੇ ਨੇ ਜੀ ਸਾਰੀਆਂ, ਘੱਟੋ ਘੱਟ 100 ਗੱਡੀ ਡੁੱਬੀ ਹੋਈ ਆ ਜੀ ਨੀਚੇ। ਤੁਸੀਂ ਅਜੇ ਪਾਣੀ ਨਿਕਲੂਗਾ 11-11 ਫੁੱਟ ਤੱਕ ਦਾ ਪਾਣੀ ਆ ਗਿਆ। ਫਾਇਰ ਬ੍ਰਿਗੇਡ ਨੂੰ ਫੋਨ ਕੀਤਾ? ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, ਹਜੇ ਤੱਕ ਕੋਈ ਆਇਆ ਨਹੀਂ ਇੱਥੇ। ਕਿੰਨੀ ਦੇਰ ਹੋ ਗਈ ਹੈ ਪਾਣੀ ਬੜੇ ਨੂੰ ਭਾਜੀ? ਇਹ ਸਵੇਰ ਰਾਤ ਦਾ ਹੀ 2 ਵਜੇ ਦਾ ਬੜਿਆ ਹੋਇਆ ਪਾਣੀ। ਤੇ ਲੋਕੀ ਫਸੇ ਹੋਏ ਆ ਫਿਰ ਆਪਣੇ ਘਰ ਅੰਦਰ ਫਸੇ ਹੋਏ ਨੇ ਜੀ ਸਾਰੇ। ਹਮਾਰੇ ਹਾਂ ਇਹ ਹਾਲ 2014 ਮੇਂ ਵੀ ਹੋਆ ਥਾ, ਉਸ ਵਕਤ ਵੀ ਇਹ ਹਾਲ ਹੋਆ ਥਾ। ਤਬ ਸੇ ਹਮ ਗੌਰਮੈਂਟ ਸੇ ਰੋਜ਼ ਕੰਟੈਕਟ ਮੇਂ ਥੇ, ਯਹਾਂ ਸਿਵਰੇਜ ਕੀ ਪ੍ਰੋਬਲਮ ਦੂਰ ਕਰੇ, ਡਰੇਨੇਜ ਕਾ ਕਾਮ ਕਰੇ, ਹਮ ਪੈਸੇ ਵੀ ਵਰਤੇ ਹੈ MMC ਮੇਂ ਮੰਥਲੀ ਇਸਕਾ, ਲੇਕਿਨ ਤਬ ਵੀ ਕਭੀ ਕਾਮ ਨਹੀਂ ਹੁਆ। ਔਰ ਆਜ ਦੇਖੋ ਹਮਾਰੇ ਯਹਾਂ ਕਿਤਨੀ ਗਾੜੀਆਂ ਡੂਬ ਗਈ ਹੈ, ਜੋ ਬਾਹਰ ਕੇ ਹਾਈਵੇ ਕਾ ਪਾਣੀ ਵੀ ਅੰਦਰ ਆ ਰਹਾ ਹੈ, ਚਾਰੋਂ ਸਾਈਡ ਸੇ ਜੋ ਦੀਵਾਰੇ ਥੀ ਵੋ ਕੋਲੈਪਸ ਹੋ ਗਈ ਹੈ, ਸਾਰਾ ਪਾਣੀ ਅੰਦਰ ਆ ਗਿਆ। ਯਹਾਂ ਕੋਈ ਵੀ ਮਤਲਬ ਐਸਾ ਕੁਛ ਨਹੀਂ ਹੈ ਕਿ ਹਮ ਯਹਾਂ ਸੇ ਬਾਜ਼ਾਰ ਤੱਕ ਜਾਂ ਦੁਕਾਨ ਤੱਕ ਕੋਈ ਸਾਮਾਨ ਲੈਣੇ ਜਾਏ, ਉਤਨੇ ਤੱਕ ਕਿ ਵੀ ਹਮ ਕਦਮ ਨਹੀਂ ਆਗੇ ਲਗਾ ਸਕਤੀ ਹੈ। ਇਤਨਾ ਪਾਣੀ ਹੈ ਕਿ ਸਰ ਸੇ ਉੱਪਰ ਪਾਣੀ ਹੋ ਗਿਆ। ਅਬ ਉਹ ਆਗੇ ਬੋਟ ਵਾਲੇ ਵਗੈਰਾ ਵੋ ਇਧਰ ਉਧਰ ਲੈ ਰਹੇ ਹੈ, ਲੇਕਿਨ ਉਸਸੇ ਕੋਈ ਫਾਇਦਾ ਨਹੀਂ। ਵੋ ਕਹਤੇ ਅਗਰ ਕਿਸੀ ਨੇ ਜਾਣਾ ਹੈ ਕਹੀਂ ਤੋ ਚਲੋ ਹਮ ਗੇਟ ਤੱਕ ਪਹੁੰਚਾਏਂਗੇ, ਵੋ ਕਰੇਂਗੇ, ਉਸਸੇ ਹਮ ਕਹਾਂ ਜਾਏਂਗੇ ਆਪਣਾ ਘਰ ਬਾਰ ਛੋੜ ਕੇ। ਹਮਨੇ ਰੈਸਕਿਊ ਟੀਮ ਮੰਗਵਾਇਆ ਹੈ, ਅਭੀ ਤੋ ਪਾਣੀ ਕਾ ਸੁਬਹਾ ਸੇ ਵੋ ਕੁਛ ਕਰਨੇ ਨਹੀਂ ਲਗੇ, ਫਿਰ ਜਬ ਆ ਗਏ ਤੋ ਅਭੀ ਤੱਕ ਉਨਸੇ ਪਾਣੀ ਨਹੀਂ ਨਿਕਾਸ ਹੋ ਰਹਾ ਹੈ। ਹਮ ਯਹਾਂ ਬਹੁਤ ਹੀ ਟੈਨਸ਼ਨ ਮੇਂ ਹੈ, ਇਹ ਸਰਕਾਰ ਕੋ ਇਸਕੇ ਬਾਰੇ ਮੇਂ ਸੋਚਨਾ ਪੜੇਗਾ। ਹਮਨੇ ਜੋ ਸਰਕਾਰ ਚੁਣੀ ਉਸਨੇ ਕੁਛ ਵੀ ਨਹੀਂ ਕਿਹਾ, ਜਬ ਸੇ ਵੋ ਆਈ ਹੈ ਯਹਾਂ ਕੁਛ ਨਹੀਂ ਕਿਹਾ। ਹਮਾਰੀ ਤਰਫ ਸੇ ਉਨ੍ਹੋਂਨੇ ਬੇੜਾ ਗਰਕ ਹੀ ਕਰ ਦਿਆ ਬਸ, ਔਰ ਕੁਛ ਨਹੀਂ ਹੁਆ ਹੈ। ਆਪ ਦੇਖ ਲੀਜੀਏ, ਅਬ ਕਰੇ ਤੋ ਕਿਆ ਕਰੇ। ਹਮ ਗੌਰਮੈਂਟ ਸੇ ਗੁਹਾਰ ਕਰਤੇ ਹੈ ਕਿ ਇਸ ਸੋਸਾਇਟੀ ਤਰਫ ਕਿਸੀ ਵੀ ਤਰੀਕੇ ਸੇ ਧਿਆਨ ਦੇ, ਤਾਂ ਕਿ ਹਮ ਯਹਾਂ ਸ਼ਾਂਤੀ ਸੇ ਰਹਿ ਸਕੇ।